ਵੈਸੇ ਤਾਂ USA ਨੂੰ ਲੈ ਕੇ ਹਮੇਸ਼ਾ ਹੀ ਇੱਕ ਕਿਉਰਿਓਸਿਟੀ ਸਭ ਦੇ ਮਨ ਵਿੱਚ ਹੁੰਦੀ ਹੈ ਕਿ ਸਾਨੂੰ US ਦਾ ਵੀਜ਼ਾ ਮਿਲ ਜਾਏ, ਪਰ ਅਸੀਂ ਨਾਲ ਦੀ ਨਾਲ ਦੇਖ ਰਹੇ ਹਾਂ ਕਿ ਜਿਵੇਂ ਬਾਕੀ ਕੰਟਰੀਜ਼ ਜਿਵੇਂ ਕਿ ਕੈਨੇਡਾ, ਆਸਟ੍ਰੇਲੀਆ, UK ਥੋੜ੍ਹਾ ਸਟ੍ਰਿਕਟ ਹੋ ਰਹੇ ਨੇ, ਉਸ ਤੋਂ ਬਾਅਦ ਰੁਝਾਨ ਬਹੁਤ ਹੀ ਜ਼ਿਆਦਾ ਹੁਣ ਇਸ ਅੱਜ ਦੇ ਟਾਈਮ ਵਿੱਚ ਵਧਿਆ ਨਜ਼ਰ ਆ ਰਹੇ US ਦੇ ਲਈ। ਸੋ ਗੱਲ ਅੱਜ ਆਪਾਂ ਕਰਾਂਗੇ ਨਾਲ ਦੀ ਨਾਲ, ਕਿਉਂਕਿ ਇੰਟਰਵਿਊ ਬੇਸਡ ਵੀਜ਼ਾ ਹੈ, ਇੰਟਰਵਿਊ ਨੂੰ ਲੈ ਕੇ ਸਵਾਲ ਸਟੂਡੈਂਟਸ ਰਹਿੰਦੇ ਨੇ, ਕਿਸ ਤਰ੍ਹਾਂ ਨਾਲ ਸਾਨੂੰ ਤਿਆਰੀ ਕਰਨੀ ਚਾਹੀਦੀ ਹੈ, ਕਿ ਸਾਨੂੰ ਸਪੈਸ਼ਲ ਕੋਚਿੰਗ ਲੈਣੀ ਚਾਹੀਦੀ, ਇਹ ਵੀ ਬਹੁਤ ਸਵਾਲ ਸਾਡੇ ਕੋਲ ਪਹੁੰਚਦਾ, ਉਸ ਨੂੰ ਲੈ ਕੇ ਵੀ ਗੱਲ ਕਰਾਂਗੇ ਨਾਲ ਦੀ ਨਾਲ। ਅਪੁਆਇੰਟਮੈਂਟਸ ਨੂੰ ਲੈ ਕੇ ਵੀ ਸਵਾਲ ਨੇ, I-20 ਨੂੰ ਲੈ ਕੇ ਵੀ ਜਿਹੜੇ ਤੁਹਾਡੇ ਸਵਾਲ ਨੇ ਅੱਜ ਦੀ ਵੀਡੀਓ ਦੇ ਵਿੱਚ। US ਨੂੰ ਲੈ ਕੇ ਅਗਰ ਤੁਸੀਂ ਅਪਲਾਈ ਕਰਨ ਬਾਰੇ ਸੋਚ ਰਹੇ ਹੋ, ਕਾਫੀ ਚੀਜ਼ਾਂ ਕਲੀਅਰ ਹੋਣ ਜਾ ਰਹੀਆਂ ਨੇ। ਤੁਹਾਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ, ਔਰ ਡਿਟੇਲ ਵਿੱਚ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਮੈਮ, ਜ਼ਰੂਰ ਕਲੈਰਿਟੀ ਦੇਣਾ ਪੂਰੀ USA ਨੂੰ ਲੈ ਕੇ, ਕਿਉਂਕਿ ਰੁਝਾਨ ਤਾਂ ਅਸੀਂ ਦੇਖ ਰਹੇ ਹਾਂ ਵੱਧ ਰਿਹਾ ਹੁਣ, ਪਰ ਅਪੁਆਇੰਟਮੈਂਟਸ ਟਾਈਮਲੀ ਨਹੀਂ ਮਿਲ ਪਾ ਰਹੀਆਂ। I-20 ਨੂੰ ਲੈ ਕੇ ਵੀ ਸਟੂਡੈਂਟਸ ਦੇ ਬਹੁਤ ਸਾਰੇ ਸਵਾਲ ਨੇ, ਹਾਲਾਂਕਿ ਇੰਟਰਵਿਊ ਬੇਸਡ ਵੀਜ਼ਾ ਹੈ ਤਾਂ ਕੌਨਫੀਡੈਂਸ ਦੇ ਨਾਲ ਜਿਹੜਾ ਸਟੂਡੈਂਟ ਵਧੇਗਾ ਤਾਂ ਉਸਦਾ ਇੰਟਰਵਿਊ ਕਲੀਅਰ ਹੋ ਜਾਏਗਾ। ਪਰ ਹੋਰ ਕਿਹੜੀ ਕਿਹੜੀ ਚੀਜ਼ਾਂ ਪ੍ਰੋਫਾਈਲ ਨੂੰ ਸਟਰੋਂਗ ਬਣਾਉਂਦੀਆਂ ਨੇ ਜੇਕਰ ਕਿਸੇ ਨੇ USA ਲਈ ਅਪਲਾਈ ਕਰਨਾ? ਦੇਖੋ, US ਇੱਦਾਂ ਦੀ ਕੰਟਰੀ ਹੈ ਜਿੱਥੇ ਪੜ੍ਹਨ ਵਾਲਾ ਬੱਚਾ ਜਿਹੜਾ ਜਾਂਦਾ ਜੀ, ਰਾਈਟ। ਹਮੇਸ਼ਾ ਮੈਂ ਹਰ ਪ੍ਰੋਗਰਾਮ 'ਚ ਦੱਸਿਆ ਹੋਏਗਾ ਸਟੈਮ ਪ੍ਰੋਗਰਾਮ, ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥ। ਮੇਰੇ ਖਿਆਲ ਮੇਰੀ ਵੀਡੀਓ ਦੇਖਣ ਦੇ ਸਾਰੇ ਬੱਚੇ ਨੂੰ ਇਹ ਚੀਜ਼ਾਂ ਯਾਦ ਆਉਂਦੇ ਹੋਣਗੀਆਂ। ਜਿਹੜਾ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥ ਦਾ ਬੱਚਾ, ਉਹਦੇ ਵਿੱਚ ਸਭ ਤੋਂ ਜ਼ਿਆਦਾ ਬੱਚਾ ਜਿਹੜਾ 77% ਬੱਚਾ ਉਹ IT ਵਿੱਚ ਅਪਲਾਈ ਕਰਦਾ, ਕਿਉਂਕਿ ਸਾਇੰਸ, ਟੈਕਨੋਲੋਜੀ, ਇਹ ਟੈਕਨੋਲੋਜੀ ਵਿੱਚ ਆ ਗਿਆ। IT ਦੇ ਜਿਹੜਾ ਜੋਬ ਸਭ ਤੋਂ ਜ਼ਿਆਦਾ USA ਦੇ ਵਿੱਚ ਹੈ ਜੀ, ਠੀਕ ਹੈ। 3 ਈਅਰਸ ਦਾ ਪੋਸਟ ਸਟੱਡੀ ਵਰਕ ਪਰਮਿਟ ਮਿਲਦਾ। ਤੁਸੀਂ ਦੇਖੋ ਕਿਹੜੀ ਟੈਕਨੋਲੋਜੀ ਹੈ ਜਿਹੜੀ US ਤੋਂ ਨਹੀਂ ਆਈ ਹੈ, ਠੀਕ ਹੈ। ਜਿਹੜੇ ਚਾਹੇ ਉਹ ਫੇਸਬੁੱਕ ਹੋਏ, ਜਿਹੜੇ ਜਿੰਨੇ ਵੀ ਉਹਨਾਂ ਦੇ ਜਿੰਨੇ ਵੀ ਬੜੇ ਬੜੇ ਆਪਣੇ ਐਪਸ ਹੈ ਜਾਂ ਕੁਛ ਹੈ, ਉਹ ਸਾਰੇ ਹੀ US ਤੋਂ ਕੰਮ ਸ਼ੁਰੂ ਹੋਇਆ। ਹੁਣ US ਦੇ ਵਿੱਚ ਸਟੂਡੈਂਟ ਜੇ ਜਾਂਦਾ ਇੱਕ ਪੜ੍ਹਿਆ ਲਿਖਿਆ ਬੱਚਾ ਇੱਕ ਅੱਛੀ ਯੂਨੀਵਰਸਿਟੀ, ਹੁਣ ਮੇਰੇ ਕੋਲ ਕੱਲ੍ਹ ਪਰਸੋਂ ਦੁਬਈ ਤੋਂ ਇਨਕੁਆਇਰੀ ਆਈ, ਉਹਨਾਂ ਦਾ ਬਜ਼ਟ ਘੱਟ ਹੈ, ਬੱਚਾ ਇੰਟੈਲੀਜੈਂਟ ਹੈ, ਬਹੁਤ ਅੱਛੇ ਪੇਪਰ ਹੈ, ਸਾਡੀ ਕੋਸ਼ਿਸ਼ ਹੈ ਕਿ ਇਸ ਬੱਚੇ ਨੂੰ ਅਸੀਂ 50-60% ਸਕਾਲਰਸ਼ਿਪ ਲਗਵਾ ਦਈਏ। ਅੱਛੇ ਸਟੂਡੈਂਟ ਦੀ ਜਿਹੜੀ ਹੈ ਸਕਾਲਰਸ਼ਿਪ US ਯੂਨੀਵਰਸਿਟੀਆਂ ਬਹੁਤ ਜ਼ਿਆਦਾ ਦਿੰਦੀਆਂ, ਅਤੇ ਉਹ ਜਿਹੜੀ ਫੀਸ ਅਫੋਰਡੇਬਲ ਆ ਜਾਂਦੀ ਹੈ। ਮੇਰੀ ਫਿਰ ਵੀ ਕੋਸ਼ਿਸ਼ ਹੁੰਦੀ ਹੈ ਕਿ ਅੰਡਰ ਗ੍ਰੈਡ ਦਾ ਜਿਹੜਾ ਬੱਚਾ ਉਹਨੂੰ 4 ਸਾਲ ਪੜ੍ਹਨਾ ਪੈਂਦਾ, ਜੇ ਤੁਸੀਂ ਵਾਕਈ 'ਚ ਪੜ੍ਹਨ ਵਾਲੇ ਹੋ ਤਾਂ ਤੁਸੀਂ 4 ਸਾਲ ਦਾ ਕੋਰਸ ਲਓ, ਨਹੀਂ ਤਾਂ ਤੁਸੀਂ 2 ਈਅਰਸ ਦੇ ਡਿਪਲੋਮਾ ਵੀ ਆਪਸ਼ਨਸ ਵੀ ਅਵੇਲੇਬਲ ਹੈ ਲੀਡਿੰਗ ਟੂ ਡਿਗਰੀ। ਉੱਥੇ ਕੋਲੇਜਿਸ ਹੈ, ਗਵਰਮੈਂਟ ਕੋਲੇਜਿਸ ਹੈ, ਪ੍ਰਾਈਵੇਟ ਕੋਲੇਜਿਸ ਨਹੀਂ ਹੈ, ਬਹੁਤ ਬੜੇ ਕੋਲੇਜਿਸ ਹੈ, 100-100, 200-200 ਏਕੜ ਦੇ, ਉਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ। ਉਹਦੇ ਬਾਅਦ ਤੁਸੀਂ ਜਿਹੜਾ 2 ਈਅਰਸ ਉੱਥੇ ਕਰਕੇ ਫਿਰ 2 ਈਅਰਸ ਤੁਸੀਂ ਯੂਨੀਵਰਸਿਟੀ 'ਚ, ਬਾਈ ਚਾਂਸ ਨਾ ਪੜ੍ਹ ਸਕੇ ਤਾਂ ਐਟਲੀਸਟ ਡਿਪਲੋਮਾ ਤਾਂ ਤੁਹਾਡੇ ਹੱਥ 'ਚ ਹੋਏਗਾ ਨਾ। ਔਰ ਫੀਸ ਵੀ $10-12-15,000 ਹੁੰਦੀ, ਬਹੁਤ ਅਫੋਰਡੇਬਲ ਹੁੰਦੀ ਆ। ਔਰ ਜਿਹੜਾ ਮਾਸਟਰਸ ਦਾ ਸਟੂਡੈਂਟ ਹੈ ਉਹਦਾ ਜਿਹੜਾ ਉਹ ਵੀ MOI 'ਤੇ ਵੀ ਜਾ ਸਕਦਾ, ਔਰ IELTS, ਡਿਊਲਿੰਗੋ ਜੋ ਮਰਜ਼ੀ ਕਰ ਲਏ ਉਹਦੇ ਨਾਲ ਵੀ ਸਟੂਡੈਂਟ ਜਾ ਸਕਦਾ। ਇਨਟੇਕ ਜਿਹੜਾ ਮੇਜਰ ਇਨਟੇਕ ਸੈਪਟੈਂਬਰ ਹੈ, ਮੇ ਦੇ ਵਿੱਚ ਵੀ ਕੁਛ ਕੋਰਸਿਸ ਅਵੇਲੇਬਲ ਹੈ। IT ਦੇ ਜਿਹੜੇ ਬਹੁਤ ਅੱਛੇ ਕੋਰਸਿਸ ਹੈ ਉਹ ਸਾਰੇ ਸੈਪਟੈਂਬਰ ਦੇ ਵਿੱਚ ਅਵੇਲੇਬਲ ਹੈ। ਜੇ ਇਸ ਟਾਈਮ ਅਪਲਾਈ ਕਰਨਗੇ ਤਾਂ ਉਹਨਾਂ ਨੂੰ ਜਿਹੜਾ ਡੇਟ ਦਾ ਸਟਰਗਲ ਨਹੀਂ ਕਰਨਾ ਪਏਗਾ ਕਿਸੇ ਵੀ ਹਿਸਾਬ ਤੋਂ, ਕਿਉਂਕਿ ਟਾਈਮ ਸਫੀਸ਼ੈਂਟ ਹੈ। ਪਹਿਲੇ ਉਹਨਾਂ ਦੀ ਆਫਰ ਲੈਟਰ ਆਏਗੀ, ਫਾਈਨੈਂਸ਼ੀਅਲ ਡਾਕੂਮੈਂਟ ਦੇਣੇ ਪੈਣਗੇ,
ਉਹਦੇ ਬਾਅਦ ਉਹਨਾਂ ਦੀ ਜਿਹੜੀ ਹੈ ਆਫਰ ਲੈਟਰ ਦੇ ਬਾਅਦ I-20 ਆਏਗੀ। ਸਰਵਿਸ ਫੀਸ ਉਹਨਾਂ ਨੇ ਪੇ ਕਰਨੀ ਹੈ, ਐਮਬੈਸੀ ਫੀਸ ਪੇ ਕਰਨੀ ਹੈ, ਇੰਟਰਵਿਊ ਉਹਨਾਂ ਦਾ ਜਿਹੜਾ ਸਲੋਟ ਬੁੱਕ ਹੋ ਜਾਏਗਾ। ਔਰ ਇੱਕ ਇਹੋ ਜਿਹੀ ਕੰਟਰੀ ਹੈ ਜਿੱਥੇ ਤੁਹਾਡਾ ਕੋਈ ਨੁਕਸਾਨ ਨਹੀਂ। 50-60 ਹਜ਼ਾਰ ਰੁਪਏ ਅੱਜ ਦੇ ਦਿਨ ਮੈਂ ਕੁਛ ਨਹੀਂ ਮੰਨਦੀ, ਕਿਉਂਕਿ ਅਗਰ ਜੇ ਆਪਾਂ ਕੰਪੇਅਰ ਕਰੀਏ UK ਔਰ ਆਸਟ੍ਰੇਲੀਆ ਦੀ ਅੰਬੈਸੀ ਫੀਸਾਂ ਹੀ ਨੇੜੇ ਤੇੜੇ 40 ਹਜ਼ਾਰ ਦੀਆਂ, ਅਤੇ ਇੱਥੇ ਅੰਬੈਸੀ ਫੀਸ 15 ਕੁ ਹਜ਼ਾਰ ਦੀ ਹੈ, 25 ਕੁ ਹਜ਼ਾਰ ਦਾ ਤੁਹਾਡਾ ਸਰਵਿਸ ਫੀਸ ਹੈ, ਤਾਂ 40 ਕੁ ਹਜ਼ਾਰ ਖਾਲੀ ਇਹ ਹੋਇਆ। ਅਤੇ ਜੇ ਇੰਨੀ ਬੜੀ ਕੰਟਰੀ 'ਚ ਕਰ ਰਹੇ ਹੋ, ਫੀਸ ਵੀਜ਼ਾ ਦੇ ਬਾਅਦ ਦੇਣੀ ਹੈ। ਜਿਹੜੇ ਅੱਜ ਕੱਲ੍ਹ ਚੱਲ ਰਹੇ ਪੈਕੇਜ ਸਿਸਟਮ, ਯੇ ਵੋ, ਇੱਥੇ ਪੈਕੇਜ ਤਾਂ ਹੈ ਹੀ ਨਹੀਂ, ਕਿਉਂਕਿ ਤੁਸੀਂ ਕੋਈ ਚੀਜ਼ ਪਹਿਲੇ ਦੇਣੀ ਨਹੀਂ, ਤਾਂ ਪੈਕੇਜ ਕਿਸ ਚੀਜ਼ ਦਾ? ਤੁਸੀਂ ਕਹਿੰਦੇ ਹੋ ਆਸਟ੍ਰੇਲੀਆ ਜਿਹੜਾ ਸਟੂਡੈਂਟ ਜਾ ਰਿਹਾ, ਤਾਂ ਹੀ ਤਾਂ ਇੰਨੀ ਸਟ੍ਰਿਕਟਨੈਸ ਹੋਈ ਕਿ ਤੁਸੀਂ ਪੈਕੇਜ ਕਰ ਰਹੇ ਸੀ ਇਹ। ਹੁਣ ਤਾਂ ਜਿਹੜਾ US ਦੇ ਵਿੱਚ ਸੇਮ ਡੇ ਡਿਸੀਜ਼ਨ, ਤੁਸੀਂ ਇਹ 40-50 ਹਜ਼ਾਰ ਰੁਪਏ ਖਾਲੀ ਖਰਚ ਕਰਨੇ ਆ ਅੰਬੈਸੀ ਔਰ ਸਰਵਿਸ ਫੀਸ ਦੇ। ਜਦ ਤੁਹਾਨੂੰ ਇੰਟਰਵਿਊ ਦੀ ਡੇਟ ਮਿਲ ਗਈ, ਇੰਟਰਵਿਊ ਦੇਣਾ, ਕੌਨਫੀਡੈਂਸ ਹੋਣਾ ਚਾਹੀਦਾ, ਚਾਹੇ ਤੁਹਾਡੇ ਬੈਂਡ ਘੱਟ ਹੈ। ਜੇ ਤੁਸੀਂ ਆਈ ਕੋਂਟੈਕਟ ਕਰਕੇ ਗੱਲ ਕਰ ਸਕਦੇ ਹੋ ਵੀਜ਼ਾ ਆਫਿਸਰ ਨੇ, 4 ਕੁਐਸਚਨ ਪੁੱਛਣੇ ਆ ਕਿ ਕਿਹੜੀ ਯੂਨੀਵਰਸਿਟੀ 'ਚ ਜਾ ਰਹੇ ਹੋ, ਕੌਣ ਸਪੋਂਸਰ ਕਰ ਰਿਹਾ, ਕਿਹੜਾ ਕੋਰਸ ਹੈ, ਇਹ 3-4 ਕੁਐਸਚਨ ਹੁੰਦੇ ਆ। ਇਹ ਤੁਸੀਂ ਕੌਨਫੀਡੈਂਸ ਨਾਲ ਰਿਪਲਾਈ ਕਰਦੇ ਹੋ, ਸੇਮ ਡੇ ਵੀਜ਼ਾ ਸਟੈਂਪ ਹੋ ਜਾਂਦਾ ਹੈ। ਇਹ ਸਾਰੀ ਕਹਾਣੀ ਹੈ US ਦੀ। ਬਿਲਕੁਲ ਬਿਲਕੁਲ। ਸੋ ਦੇਖੋ, ਮੈਮ ਨੇ ਬੜੇ ਹੀ ਕਲੀਅਰ ਵੇ ਦੇ ਵਿੱਚ ਪੂਰਾ ਪ੍ਰੋਸੈਸ ਤੁਹਾਨੂੰ ਸਮਝਾਇਆ ਔਰ ਕੌਣ ਅਪਲਾਈ ਕਰੇ ਅਤੇ ਉਹਨੂੰ ਫਾਇਦਾ ਮਿਲ ਸਕਦਾ, ਕਿਵੇਂ ਅਪਲਾਈ ਕਰਨਾ ਚਾਹੀਦਾ, ਇੱਕ ਇੱਕ ਪੁਆਇੰਟ ਜੋ ਹੈ ਪੂਰੀ ਕਲੈਰਿਟੀ ਦੇ ਨਾਲ ਤੁਹਾਨੂੰ ਸਮਝਾਇਆ ਗਿਆ। ਪਰ ਫਿਰ ਵੀ ਅਗਰ ਤੁਹਾਨੂੰ ਕੋਈ ਡਾਊਟ ਹੈ ਜਾਂ ਫਿਰ ਤੁਸੀਂ ਨੈਵੀਗੇਟਰਸ ਓਵਰਸੀਜ਼ ਤੋਂ ਅਪਲਾਈ ਕਰਨਾ ਚਾਹੁੰਦੇ ਹੋ USA ਸਟੱਡੀ ਵੀਜ਼ਾ ਦੇ ਲਈ, ਤਾਂ ਜ਼ਰੂਰ ਜਿਹੜਾ ਨੰਬਰ ਡਿਸਪਲੇ ਹੈ ਇਸ ਦੇ ਉੱਪਰ ਵੀ ਕਾਲ ਕਰ ਸਕਦੇ ਹੋ, ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਵਿੱਚ ਵੀ ਵਿਜ਼ਿਟ ਕਰ ਸਕਦੇ ਹੋ, ਤਾਂ ਕਿ ਤੁਸੀਂ ਜ਼ਰੂਰ ਸਭ ਚੀਜ਼ਾਂ ਨੂੰ ਸਮਝ ਸਕੋ ਅਤੇ ਤੁਹਾਡੀ ਪ੍ਰੋਫਾਈਲ ਦੀ ਅਸੈਸਮੈਂਟ ਦੇ ਨਾਲ ਤੁਹਾਨੂੰ ਰਾਈਟ ਆਪਸ਼ਨ ਜੋ ਹੈ ਉਹ ਗਾਈਡ ਕੀਤੀਆਂ ਜਾ ਸਕਣ। ਬਹੁਤ ਬਹੁਤ ਥੈਂਕਸ ਮੈਮ ਡਿਟੇਲ ਵਿੱਚ ਸਾਰੀ ਇਨਫੋਰਮੇਸ਼ਨ ਸਟੂਡੈਂਟਸ ਦੇ ਨਾਲ ਸਾਂਝੀ ਕਰਨ ਦੇ ਲਈ, ਅਤੇ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਲਈ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ।